ਡੇਲੀ ਪੰਜਾਬ ਟੀ ਵੀ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਆ ਰਹੇ ਹੋ ਤਾਂ ਡੇਲੀ ਪੰਜਾਬ ਟੀ ਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਲਗਾਤਾਰ ਕੰਟਰੋਵਰਸੀਆਂ ਚੱਲਦੀਆਂ ਰਹਿੰਦੀਆਂ ਨੇ ਅਤੇ ਹੁਣ ਲੇਟੈਸਟ ਕੰਟਰੋਵਰਸੀ ਚੱਲ ਰਹੀ ਹੈ ਪ੍ਰੇਮ ਢਿੱਲੋਂ ਅਤੇ ਨਵਾਨ ਸੰਧੂ ਦੇ ਵਿਚਕਾਰ। ਆਪਾਂ ਜਾਣਦੇ ਹਾਂ ਦੋਨੇ ਮਾਝੇ ਨੂੰ ਬਿਲੋਂਗ ਕਰਦੇ ਨੇ, ਦੋਨਾਂ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸੀ ਅਤੇ ਫਿਰ ਦੋਨਾਂ ਦੇ ਵਿੱਚ ਕੋਈ ਗੱਲ ਹੋਈ ਅਤੇ ਦੋਨੇ ਇੱਕ ਦੂਜੇ ਨੂੰ ਰਿਪਲਾਈ ਕਰਨਾ ਸ਼ੁਰੂ ਕਰ ਦਿੰਦੇ ਨੇ। ਦੋਨੇ ਡਿਸਟਰੈਕ ਕੱਢਦੇ ਨੇ ਅਤੇ ਇੱਕ ਦੂਜੇ ਨੂੰ ਰਿਪਲਾਈ ਕਰਦੇ ਨੇ ਅਤੇ ਹੁਣ ਲੇਟੈਸਟ ਰਿਪਲਾਈ ਕੀਤਾ ਪ੍ਰੇਮ ਢਿੱਲੋਂ ਨੇ ਆਪਣੇ ਨਵੇਂ ਗੀਤ ਡੈਮ ਡੈਡੀ ਦੇ ਵਿੱਚ। ਕੋਈ ਪਾਸਿਓ ਤੇ ਪਾਵੇਂ ਕੋਈ ਵਾਜੇ ਜੋ ਲਾਉਂਦੇ ਸਾਲੇ ਲਾਉਂਦੇ ਆ ਤੇ ਲਾਉਂਦੇ ਰਹਿਣਗੇ। ਤਾਂ ਆਪਣੇ ਨਵੇਂ ਗੀਤ ਦੇ ਰਾਹੀਂ ਪ੍ਰੇਮ ਢਿੱਲੋਂ ਨੇ ਰਿਪਲਾਈ ਕੀਤਾ ਨਵਾਨ ਸੰਧੂ ਨੂੰ। ਇਸ ਕੰਟਰੋਵਰਸੀ ਬਾਰੇ ਤੁਹਾਡਾ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।